ਗੁਰੂ ਜੀ ਐਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਮੈਂ ਹਾਂ ਤੁਹਾਡਾ ਆਪਣਾ ਹੋਸ ਸ਼ਾਹਿਦ ਸ਼ਬੀਰ ਬਾਬਾ ਜੀ ਅਸਲਾਮ ਅਲੈਕੁਮ ਜੀ ਮੈਂ ਹਾਂ ਜੂਨੀਅਰ ਬਾਬਾ ਜੀ ਮੀਆਂ ਮੁਹੰਮਦ ਅਹਿਮਦ ਅਤੇ ਅੱਜ ਮੈਂ ਤੁਹਾਨੂੰ ਦੱਸਣਾ ਕਿ ਅੱਜ ਮੈਂ ਬੜਾ ਅੱਛਾ ਐਕਸਪੀਰੀਅੰਸ ਕੀਤਾ ਜਿਹੜਾ ਮੈਂ ਕਦੀ ਸੋਚ ਨਹੀਂ ਸੀ ਸਕਦਾ ਜਿਹੜਾ ਸਾਨੂੰ ਜਿਹੜਾ ਪੜ੍ਹਾਇਆ ਜਾਂਦਾ ਉਸ ਤੋਂ ਕਾਫੀ ਜ਼ਿਆਦਾ ਹੱਟ ਕੇ ਸਾਨੂੰ ਅੱਜ ਦੇਖਣ ਨੂੰ ਮਿਲਿਆ ਅਤੇ ਬਾਬਾ ਜੀ ਨੇ ਦੱਸਿਆ ਸਾਨੂੰ ਕਿ ਇਹ ਜਿਹੜੀ ਹੈ ਸਾਡੇ ਪਿੱਛੇ ਇਮਾਰਤ ਹੈ ਤਾਰੀਖੀ ਇਮਾਰਤ ਹੈ ਅਤੇ ਇਹ ਉਹਦੇ ਨਾਲ ਸਿੱਖਿਜ਼ਮ ਨਾਲ ਜੁੜੀ ਹੋਈ ਹੈ ਅਤੇ ਬਾਬਾ ਗੁਰੂ ਨਾਨਕ ਜੀ ਨਾਲ ਵੀ ਜੁੜੀ ਹੋਈ ਹੈ ਇਮਾਰਤ ਅਤੇ ਮੈਨੂੰ ਕਾਫੀ ਕੁਛ ਸਿੱਖਣ ਨੂੰ ਮਿਲਿਆ ਕਿ ਇੰਝ ਹੀ ਜੇ ਇਮਾਰਤਾਂ ਤਾਰੀਖੀ ਇਮਾਰਤਾਂ ਜੇ ਰਿਸਟੋਰ ਹੁੰਦੀਆਂ ਜਾਣ ਜੇ ਇਹਨਾਂ ਨੂੰ ਪ੍ਰਿਜ਼ਰਵ ਕੀਤਾ ਜਾਏ ਅਤੇ ਕਾਫੀ ਅੱਛਾ ਹੋਏਗਾ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀਆਂ ਨਸਲਾਂ ਨੇ ਉਹਨਾਂ ਨੂੰ ਇਹ ਕਾਫੀ ਕੁਛ ਇਹਦੇ ਨਾਲ ਸਿੱਖਣ ਨੂੰ ਮਿਲੇਗਾ ਅਸੀਂ ਹੋਰ ਵੀ ਜ਼ਿਆਦਾ ਸਟੱਡੀ ਕਰ ਸਕਦੇ ਹਾਂ ਬੇਟਾ ਜੀ ਜਿਸ ਤਰ੍ਹਾਂ ਤੁਸੀਂ ਤਾਰੀਖ ਦੇ ਵਿੱਚ ਪੜ੍ਹਦੇ ਹੋ ਤੁਹਾਡੇ ਬੁੱਧਿਜ਼ਮ ਦੇ ਮੁਤਲਕ ਹੈ ਜੈਨਿਜ਼ਮ ਦੇ ਮੁਤਲਕ ਹੈ ਹਿੰਦੂਇਜ਼ਮ ਦੇ ਮੁਤਲਕ ਹੈ ਅੱਜ ਦੀ ਇਹ ਪੰਜਾਬੀ ਕਲਚਰ ਔਰ ਪੰਜਾਬੀ ਹੈਰੀਟੇਜ ਹੈ ਪੂਰਾ ਇਹ ਪੰਜਾਬੀ ਵਿਰਾਸਤ ਕਿੰਨੀ ਅਮੀਰ ਹੈ ਕੁਛ ਕੀ ਸਮਝ ਆਈ ਹੈ ਤੁਹਾਨੂੰ ਪੰਜਾਬੀ ਵਿਰਾਸਤ ਜਿਹੜੀ ਹੈ ਪੰਜਾਬ ਤੋਂ ਬਾਹਰ ਵੀ ਕਾਫੀ ਜ਼ਿਆਦਾ ਸਾਨੂੰ ਦੇਖਣ ਨੂੰ ਮਿਲਦੀ ਹੈ ਹਾਲੇ ਤੱਕ ਕਾਫੀ ਜ਼ਿਆਦਾ ਰਿਚ ਹੈ ਕਈ ਜ਼ਿਆਦਾ ਜਗ੍ਹਾ 'ਤੇ ਉਹਨਾਂ ਨੂੰ ਜਿਹੜੇ ਇਲਾਕੇ ਦੇ ਰਹਿਣ ਵਾਲੇ ਲੋਕ ਨੇ ਉਹਨਾਂ ਨੇ ਵੀ ਕੋਈ ਅੱਛਾ ਰੱਖਿਆ ਉਹਨਾਂ ਨੂੰ ਅਤੇ ਨਾਲੇ ਸਾਡੀ ਜਿਹੜੀ ਹਕੂਮਤ ਹੈ ਉਹ ਵੀ ਕੁਛ ਇਕਦਾਮਾਤ ਕਰਦੀ ਪਈ ਇਹਦੇ ਨਾਲ ਅਤੇ ਕਾਫੀ ਅੱਛਾ ਜ਼ਿਆਦਾ ਜਗਤ ਪੰਜਾਬੀ ਸੰਗਤ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਕਿ ਵੀ ਇਹਦੇ ਮਤਲਬ ਜਿਹੜੀ ਰੀਸਟੋਰੇਸ਼ਨ ਹੋ ਰਹੀ ਹੈ ਰਣਜੀਤ ਨਿਗਾਰਾ ਜੋ ਕਰ ਰਿਹਾ ਰਣਜੀਤ ਨਿਗਾਰਾ ਕਾਫੀ ਅੱਛਾ ਵਰਕ ਕਰ ਰਿਹਾ ਇਹਦੇ 'ਤੇ ਕਿ ਜਿਹੜੀ ਇਹ ਰੀਸਟੋਰੇਸ਼ਨ ਹੋ ਰਹੀ ਹੈ ਅਤੇ ਕਾਫੀ ਜੇ ਇਹਨਾਂ ਨੂੰ ਇੰਝ ਹੀ ਬਾਕੀ ਤਾਰੀਖੀ ਇਮਾਰਤਾਂ ਨੂੰ ਵੀ ਰਿਸਟੋਰ ਕੀਤਾ ਜਾਵੇ ਅਤੇ ਇਹਨਾਂ ਨੂੰ ਕਾਫੀ ਇਹਦੇ 'ਤੇ ਗੌਰ ਫਿਕਰ ਕੀਤੀ ਜਾਏ ਅਤੇ ਕਾਫੀ ਜ਼ਿਆਦਾ ਅੱਗੇ ਆਉਣ ਵਾਲੀ ਪੀੜ੍ਹੀਆਂ ਨੂੰ ਇਹਦੇ ਨਾਲ ਕੁਛ ਸਿੱਖਣ ਨੂੰ ਮਿਲੇਗਾ ਅਤੇ ਨਾਲੇ ਪੰਜਾਬੀਆਂ ਦਾ ਨਾਮ ਵੀ ਇਹਦੇ ਨਾਲ ਬਣੇਗਾ ਔਰ ਪਤਾ ਲੱਗੇਗਾ ਕਿ ਇਹ ਸਾਡੀ ਤਾਰੀਖ ਸੀ ਬਹੁਤ ਸ਼ੁਕਰੀਆ ਜੀ ਇਹ ਮੇਰੇ ਬੇਟੇ ਨੇ ਜੀ ਮੀਆਂ ਮੁਹੰਮਦ ਅਹਿਮਦ ਠੀਕ ਹੈ ਜੀ ਔਰ ਕੋਸ਼ਿਸ਼ ਕਰ ਰਿਹਾ ਵਾਂ ਤਾਰੀਖ ਦੀਆਂ ਕਿਤਾਬਾਂ ਮੇਰੇ ਨਾਲ ਨਾਲ ਪੜ੍ਹਦੇ ਰਹਿੰਦੇ ਨੇ ਕਿਉਂਕਿ ਇੱਥੇ ਸਕੂਲਿੰਗ ਜਿਹੜੀ ਹੈ ਸਾਰੀ ਉਹਦੇ ਵਿੱਚ ਉਰਦੂ ਪੜ੍ਹਾਈ ਜਾਂਦੀ ਹੈ ਇੰਗਲਿਸ਼ ਪੜ੍ਹਾਈ ਜਾਂਦੀ ਹੈ ਪੰਜਾਬੀ ਸਕੂਲਾਂ ਦੇ ਵਿੱਚ ਨਹੀਂ ਹੈ ਲੇਕਿਨ ਫਿਰ ਵੀ ਮੇਰੀ ਪੂਰੀ ਟਰਾਈ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਪੰਜਾਬੀ ਬੋਲਣਾ ਔਰ ਪੰਜਾਬੀ ਕਲਚਰ ਨਾਲ ਜੋੜ ਕੇ ਰੱਖਾਂ ਪੰਜਾਬੀ ਤਵਾਰੀਖ ਦੇ ਨਾਲ ਅਗਰ ਸਾਰੇ ਮਾਂ ਪਿਓ ਆਪਣੇ ਬੱਚਿਆਂ ਨੂੰ ਪੰਜਾਬੀ ਰਹਿਤ ਮਰਿਆਦਾ ਔਰ ਪੰਜਾਬੀ ਕਲਚਰ ਪੰਜਾਬੀ ਹਿਸਟਰੀ ਜਾਂ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਰੱਖਣਗੇ ਤਾਂ ਮੇਰਾ ਖਿਆਲ ਹੈ ਕਿ ਆਉਣ ਵਾਲੀ ਜਿਹੜੀ ਨਸਲ ਹੈ ਉਹ ਜਾਗਰੂਕ ਰੱਖੇਗੀ ਆਪਣੇ ਕਲਚਰ ਤੋਂ ਵੀ ਔਰ ਆਪਣੇ ਹੈਰੀਟੇਜ ਤੋਂ ਜਿੱਦਾਂ ਕਿ ਬੇਟੇ ਨੇ ਦੱਸਿਆ ਇਹ ਸਿਰਫ ਔਰ ਸਿਰਫ ਇੱਕ ਮੈਟ੍ਰਿਕ ਦਾ ਸਟੂਡੈਂਟ ਹੈ ਜੀ ਹੁਣ ਮੈਟ੍ਰਿਕੁਲੇਸ਼ਨ ਦੇ ਐਗਜ਼ਾਮਸ ਦਿੱਤੇ ਨੇ ਲੇਕਿਨ ਇਹਦੀ ਓਬਜ਼ਰਵੇਸ਼ਨ ਹੈ ਕਿ ਵੀ ਜਿਹੜੀ ਬਿਲਡਿੰਗ ਹੈ ਉਹ ਅੱਛੇ ਤਰੀਕੇ ਨਾਲ ਰੀਸਟੋਰ ਹੋ ਰਹੀ ਹੈ ਔਰ ਨਾਲ ਦੀ ਨਾਲ ਅਹਿਮਦ ਮੈਨੂੰ ਇੱਕ ਗੱਲ ਦੱਸੋ ਜਿਹੜੀ ਹੈ ਫੀਚਰ ਜਿਹੜੇ ਬਣੇ ਹੋਏ ਨੇ ਸਾਰੇ ਜਿਹੜੇ ਉੱਤੇ ਤੁਸੀਂ ਦੇਖਿਆ ਖਿੜਕੀਆਂ ਦੇ ਉੱਤੇ ਵੀ ਤੁਸੀਂ ਅੰਦਰ ਛੱਤ ਵਗੈਰਾ ਵੀ ਦੇਖਿਆ ਕਿਆ ਪਹਿਲੇ ਤੁਸੀਂ ਇਸ ਤਰ੍ਹਾਂ ਦੇਖਿਆ ਸੀ ਕਦੀ ਕਿਸ ਤਰ੍ਹਾਂ ਰੀਸਟੋਰ ਹੁੰਦੀਆਂ ਚੀਜ਼ਾਂ ਮੈਂ ਜਿਹਦੀਆਂ ਪਹਿਲੇ ਥੋੜ੍ਹੀ ਬਹੁਤ ਵੇਖੀਆਂ ਹੈ ਲੇਕਿਨ ਇਹ ਰੀਸਟੋਰ ਹੁੰਦੀਆਂ ਮੈਂ ਪਹਿਲੀ ਵਾਰੀ ਵੇਖ ਰਿਹਾ ਜੀ ਕਾਫੀ ਅੱਛਾ ਵਰਕ ਹੋ ਰਿਹਾ ਬਿਲਕੁਲ ਫੀਲ ਆ ਰਹੀ ਹੈ ਕਿ ਇਹ ਹਿਸਟੋਰੀਕਲ ਹੈ ਕੋਈ ਜਿਹੜੀ ਇਮਾਰਤ ਹੈ ਲੱਗ ਰਿਹਾ ਕਿ ਨਵੀਂ ਕੋਈ ਚੀਜ਼ ਵਿੱਚ ਲੱਗੀ ਹੈ ਨਹੀਂ ਨਵੀਂ ਤਾਂ ਨਹੀਂ ਬਿਲਕੁਲ ਪੁਰਾਣੀ ਲੁੱਕ ਆ ਰਹੀ ਹੈ ਜਿਵੇਂ ਕੋਈ ਪਹਿਲੇ ਦੀ ਗਈ ਤੁਸੀਂ ਅੱਜ ਤੋਂ ਪਹਿਲੇ ਕਦੀ ਨਹੀਂ ਇੱਥੇ ਆਏ ਤੁਸੀਂ ਵੀਡੀਓ ਦੇਖਦੇ ਰਹਿੰਦੇ ਹੋ ਲੇਕਿਨ ਕਦੀ ਤੁਸੀਂ ਖੁਦ ਆ ਕੇ ਨਹੀਂ ਦੇਖਿਆ ਨਹੀਂ ਤੇ ਤੁਹਾਨੂੰ ਕਿੰਝ ਦਾ ਲੱਗ ਰਿਹਾ ਕਿ ਜੇ ਅਗਰ ਇਹ ਚੀਜ਼ ਜਿਹੜੀ ਹੈ ਮੁਕੰਮਲ ਜਦੋਂ ਤਿਆਰ ਹੋ ਜਾਏਗੀ ਕਿ ਕਿਸ ਤਰ੍ਹਾਂ ਤਿਆਰ ਹੋ ਜਾਏਗੀ ਤੇ ਫਿਰ ਇੱਕ ਤੁਸੀਂ ਕਹਿ ਲਓ ਇਹਨੂੰ ਕਿ ਇੱਕ ਮੋਨੂਮੈਂਟ ਟਾਈਪ ਹੈ ਲੱਗੇਗਾ ਜਦੋਂ ਇਹ ਬਣ ਗਿਆ ਕੰਪਲੀਟ ਹੋ ਗਿਆ ਅਤੇ ਕੰਪਲੀਸ਼ਨ ਤਾਂ ਮੇਰਾ ਖਿਆਲ ਆਉਣ ਵਾਲਾ ਹੈ ਬਿਲਕੁਲ ਕਾਫੀ ਜ਼ਿਆਦਾ ਇੱਥੇ ਵਰਕ ਹੋ ਚੁੱਕਿਆ ਅੰਦਰ ਜਾ ਕੇ ਵੀ ਅਸੀਂ ਵੇਖਿਆ ਅਤੇ ਬਾਹਰ ਵੀ ਜਿਹੜੀ ਇਹਦੀ ਬਾਰੀਆਂ ਵਗੈਰਾ ਉਹ ਵੀ ਕਾਫੀ ਖੂਬਸੂਰਤ ਲੱਗ ਰਹੀ ਜਿਸ ਤਰ੍ਹਾਂ ਤੁਹਾਨੂੰ ਲੱਗਦਾ ਕਿ ਤਰੀਕੀ ਬਿਲਡਿੰਗਾਂ ਜਿਹੜੀਆਂ ਨੇ ਬੜੀਆਂ ਆਸਾਨੀ ਨਾਲ ਬਣ ਜਾਂਦੀਆਂ ਅੱਜ ਤੁਸੀਂ ਸਾਰਾ ਦਿਨ ਸਾਡੇ ਨਾਲ ਸੀ ਕਿੰਨਾ ਕੁ ਆਸਾਨ ਹੈ ਕਾਫੀ ਜ਼ਿਆਦਾ ਮੁਸ਼ਕਿਲ ਹੈ ਕੋਈ ਆਸਤਾ ਆਸਤਾ ਜਿਹੜਾ ਕੰਮ ਹੋ ਰਿਹਾ ਸੀ ਤੁਸੀਂ ਦੇਖ ਰਹੇ ਸੀ ਇੰਨੀ ਇੰਨੀ ਮਿੱਟੀ ਲੈ ਕੇ ਲਾ ਜੀ ਜੀ ਅਤੇ ਉਹਦੇ ਮਤਲਬ ਤੁਹਾਡੇ ਕੀ ਵਿਚਾਰ ਨੇ ਮੈਨੂੰ ਤਾਂ ਕਾਫੀ ਖੂਬਸੂਰਤ ਲੱਗਿਆ ਅੰਦਰ ਮੈਂ ਵੇਖਿਆ ਕਿ ਜਿਵੇਂ ਪੁਰਾਣੇ ਦੌਰ ਦੇ ਵਿੱਚ ਪੁਰਾਣੇ ਵਕਤਾਂ 'ਚ ਜਦੋਂ ਉਹ ਹੁੰਦਾ ਸੀ ਵੈਂਟੀਲੇਸ਼ਨ ਵਗੈਰਾ ਦਾ ਸਿਸਟਮ ਜਿਹੜਾ ਸੀ ਉਹ ਕਿੰਝ ਰੱਖਿਆ ਜਾ ਰਿਹਾ ਅਤੇ ਲਾਈਟ ਦਾ ਵੀ ਅਤੇ ਤੁਸੀਂ ਸਮਝਦੇ ਹੋ ਕਿ ਵੀ ਅੱਜ ਦੀਆਂ ਬਿਲਡਿੰਗਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਵੀ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਸੀ ਕਿਉਂਕਿ ਜਿਸ ਤਰ੍ਹਾਂ ਦਾ ਤਾਂ ਮੌਸਮ ਹੈ ਅੱਜ ਕੱਲ੍ਹ ਕਲਾਈਮੇਟ ਚੇਂਜ ਦੀ ਗੱਲ ਬੜੀ ਚੱਲ ਰਹੀ ਹੈ ਕਿ ਕਲਾਈਮੇਟ ਚੇਂਜ ਹੋ ਰਹੀ ਕਿਤੇ ਕਲਾਊਡ ਬਲਾਸਟ ਹੋ ਰਿਹਾ ਕਿਤੇ ਕੁਛ ਹੋ ਰਿਹਾ ਬਹੁਤ ਮੀਂਹ ਪੈ ਰਹੇ ਨੇ ਅਤੇ ਕੀ ਇਹਦੇ ਵਿੱਚ ਇਹਨਾਂ ਬਿਲਡਿੰਗਾਂ ਨੂੰ ਵੇਖ ਕੇ ਕਿੰਨੇ ਲੋਕ ਉਹ ਉਸ ਵੇਲੇ ਸਮਝਦਾਰ ਹੋਣਗੇ ਜਿਨ੍ਹਾਂ ਨੇ ਸਾਰਾ ਕੁਛ ਬਣਾਇਆ ਸੀ ਕਾਫੀ ਜ਼ਿਆਦਾ ਸਮਝਦਾਰ ਸੀ ਉਹਨਾਂ ਨੇ ਪਹਿਲੇ ਤੋਂ ਹੀ ਪ੍ਰੀ ਪਲਾਨ ਕੀਤਾ ਹੋਇਆ ਸੀ ਸਾਰਾ ਕਿ ਸਾਰਾ ਕਿ ਜਿਹੜਾ ਵੀ ਹੋਏਗਾ ਇਹਦੇ ਅੰਦਰ ਉਹਨਾਂ ਨੇ ਪੂਰੀ ਤਰ੍ਹਾਂ ਨਾਲ ਰੱਖਿਆ ਹੋਇਆ ਸੀ ਕਿ ਗਰਮੀ ਦੇ ਵਿੱਚ ਅਸੀਂ ਕਿੰਝ ਬਚ ਸਕਦੇ ਹਾਂ ਕਿਉਂਕਿ ਹਲੇ ਇੱਧਰ ਵੈਦਰ ਜਿਹੜਾ ਬਹੁਤ ਜ਼ਿਆਦਾ ਹੋਟ ਹੈ ਅਤੇ ਉਹ ਅੰਦਰ ਅਸੀਂ ਜਾਂਦੇ ਹਾਂ ਅਤੇ ਅੰਦਰ ਬਿਲਕੁਲ ਠੰਡਾ ਠੰਡਾ ਫੀਲ ਹੁੰਦਾ ਅਤੇ ਐਮ ਤੁਸੀਂ ਵੀ ਇੱਕ ਆਪਣੇ ਫਿਊਚਰ ਦੇ ਮਤਲਬ ਦੱਸੋ ਤੁਸੀਂ ਆਰਕੀਟੈਕਟ ਕਿਉਂ ਬਣਨਾ ਚਾਹੁੰਦੇ ਹੋ ਆਰਕੀਟੈਕਟ ਮੈਨੂੰ ਡਿਜ਼ਾਇਨਿੰਗ ਵਗੈਰਾ ਦਾ ਵੀ ਸ਼ੌਕ ਹੈ ਨਾਲੇ ਮੈਂ ਜਾਂਚ ਵਗੈਰਾ ਕਰ ਸਕਦਾ ਚੀਜ਼ਾਂ ਦੀ ਜਿਹੜੀ ਇਮਾਰਤਾਂ ਵਗੈਰਾ ਹੁੰਦੀਆਂ ਤਾਂ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਵੀ ਇਸੇ ਤਰ੍ਹਾਂ ਜਦੋਂ ਤੁਸੀਂ ਆਰਕੀਟੈਕਟ ਬਣ ਜਾਓ ਤਾਂ ਕੀ ਕਰੋਗੇ ਤੁਸੀਂ ਫਿਰ
ਠੀਕ ਹੈ ਤੇ ਕੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਮੈਂ ਪੈਗਾਮ ਦੇਣਾ ਚਾਹਾਂਗਾ ਕਿ ਜਿਹੜੀ ਹੈ ਤੁਹਾਡੀ ਮਾਂ ਬੋਲੀ ਉਹਨੂੰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਬੋਲੋ ਨਾਲੇ ਉਹਦੇ ਨਾਲ ਮੁਹੱਬਤ ਕਰੋ ਨਾਲੇ ਜਿਹੜਾ ਤੁਹਾਡਾ ਕਲਚਰ ਹੈ ਉਹਨੂੰ ਆਪਣੇ ਨਾਲ ਰੱਖਣਾ ਹਮੇਸ਼ਾ ਅਤੇ ਤਾਰੀਖ ਦੇ ਬਾਰੇ 'ਚ ਕੀ ਕਹੋਗੇ ਕਿ ਜਿਹੜੀਆਂ ਕੌਮਾਂ ਜਿਹੜੀ ਕੌਮਾਂ ਆਪਣੇ ਤਾਰੀਖ ਭੁੱਲ ਗਈਆਂ ਨੇ ਅਤੇ ਉਹਨਾਂ ਦੀ ਤਬਾਹੀ ਹੋਈ ਹੈ ਅੱਜ ਤੱਕ ਤਾਂ ਨਾਲੇ ਇੱਕ ਦੂਜੇ ਨਾਲ ਪਿਆਰ ਨਾਲ ਰਹੋ ਅਤੇ ਜਿਹੜਾ ਸਾਡਾ ਕਲਚਰ ਹੈ ਉਹਦੇ ਨਾਲ ਤੁਸੀਂ ਰਹੋ ਇੰਟਰਫੇਥ ਹਾਰਮਨੀ ਦੇ ਬਾਰੇ ਤੁਸੀਂ ਕੀ ਕਹੋਗੇ ਜਿਹਦੇ ਤਹਿਤ ਅਸੀਂ ਅੱਜ ਇੱਥੇ ਕੰਮ ਕਰਨ ਵਾਸਤੇ ਹਾਂ ਤੁਸੀਂ ਵੀ ਵਿਜ਼ਿਟ ਕਰਨ ਲਈ ਆਏ ਹੋ ਇੰਟਰਫੇਥ ਹਾਰਮਨੀ ਬੈਨਲ ਕੁਆਮੀ ਮਜ਼ਬੀ ਹਮਾਹੰਗੀ ਜਿਹਨੂੰ ਕਿਹਾ ਜਾਂਦਾ ਦੇਖੋ ਕਿ ਕਲਚਰ ਜਿਹੜਾ ਉਹ ਕਾਫੀ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਹੜਾ ਕਲਚਰ ਹੈ ਉਹ ਰਿਲੀਜਨ ਤੋਂ ਡਿਫਰੈਂਟ ਹੈ ਕਲਚਰ ਜਿਹੜੇ ਹੈ ਨੇ ਕਿ ਇੱਕ ਦੋ ਮਜ਼ਹਬ ਜਿਹੜੇ ਨੇ ਉਹ ਇੱਕ ਕਲਚਰ ਨੂੰ ਫੋਲੋ ਕਰ ਸਕਦੇ ਨੇ ਅਤੇ ਇਹ 'ਚ ਕੋਈ ਬੁਰਾਈ ਨਹੀਂ ਹੈ ਅਤੇ ਕਰਨਾ ਵੀ ਚਾਹੀਦਾ ਸਾਨੂੰ ਜਿਹੜਾ ਕਲਚਰ ਉਹਨੂੰ ਅਸੀਂ ਸਾਨੂੰ ਚਾਹੀਦਾ ਅਸੀਂ ਸਾਂਭ ਕੇ ਰੱਖੀਏ ਉਹਨੂੰ ਅਤੇ ਮਿਊਚਲ ਰਿਸਪੈਕਟ ਦੇ ਬਾਰੇ 'ਚ ਕੀ ਕਹਿੰਦੇ ਹੋ ਤੁਸੀਂ ਕਿ ਜਿਸ ਤਰ੍ਹਾਂ ਕਿ ਪਾਕਿਸਤਾਨ ਇੱਕ ਗੁਲਦਸਤਾ ਹੈ ਜਿਹਦੇ ਵਿੱਚ ਹਿੰਦੂ ਵੀ ਰਹਿੰਦੇ ਨੇ ਸਿੱਖ ਵੀ ਰਹਿੰਦੇ ਨੇ ਮੁਸਲਮਾਨ ਵੀ ਰਹਿੰਦੇ ਨੇ ਇਸਾਈ ਵੀ ਰਹਿੰਦੇ ਨੇ ਹੋਰ ਵੀ ਬਹੁਤ ਜ਼ਿਆਦਾ ਸਾਰੇ ਫਿਰਕੇ ਤੁਹਾਡੇ ਨੇ ਮੈਂ ਤਾਂ ਇਹ ਪੈਗਾਮ ਦੇਣਾ ਚਾਹਾਂਗਾ ਕਿ ਜਿਹੜੇ ਹੈ ਨੇ ਬਾਕੀ ਸਾਰੇ ਇੱਕ ਦੂਜੇ ਨਾਲ ਪਿਆਰ ਮੁਹੱਬਤ ਨਾਲ ਰਹਿਣ ਜਿਵੇਂ ਕਿ ਪਾਰਟੀਸ਼ਨ ਤੋਂ ਪਹਿਲਾਂ ਵੀ ਰਹਿੰਦੇ ਹੁੰਦੇ ਸੀ ਕਾਫੀ ਅੱਛੇ ਤਰੀਕੇ ਨਾਲ ਅਤੇ ਪੰਜਾਬ 'ਚ ਜਿੰਨੇ ਵੀ ਹੈ ਨੇ ਸਾਰੀ ਕੌਮਾਂ ਵੱਸਦੀਆਂ ਨੇ ਇੱਧਰ ਸਾਰੇ ਮਜ਼ਹਬ ਦੇ ਲੋਕ ਰਹਿੰਦੇ ਨੇ ਅਤੇ ਪਿਆਰ ਮੁਹੱਬਤ ਨਾਲ ਰਹਿਣ ਬਸ ਅਤੇ ਤੁਸੀਂ ਅਗਲੀ ਗੱਲ ਮੈਨੂੰ ਤੁਸੀਂ ਦੱਸੋ ਤੁਸੀਂ ਪਾਰਟੀਸ਼ਨ ਦੀ ਗੱਲ ਕੀਤੀ ਕਿਆ ਤੁਸੀਂ ਵੀ ਪਾਰਟੀਸ਼ਨ ਦੇ ਪਾੜੇ ਨੂੰ ਜਾਣਦੇ ਹੋ 47 ਦੇ ਵਿੱਚ ਕੀ ਹੋਇਆ ਸੀ ਕਿਸ ਤਰ੍ਹਾਂ ਲੋਕ ਵਿਛੜ ਗਏ 47 'ਚ ਤਾਂ ਬਹੁਤ ਜਿਹੜੀ ਤੁਸੀਂ ਕਹਿ ਲਓ ਕਿ ਕਾਫੀ ਦੁਖੀ ਹੁੰਦੀ ਹੈ ਸਾਡੀ ਹਮੇਸ਼ਾ ਜਦੋਂ ਵੀ ਅਸੀਂ ਸ਼ੁਰੂ ਕਰਦੇ ਹਾਂ ਟੋਪਿਕ ਅਤੇ ਉਹ ਉੱਧਰੋਂ ਕਈ ਲੋਕ ਇੱਧਰ ਆਉਣ ਵਾਲੇ ਸੀ ਉਹ ਇੱਧਰ ਰਹਿ ਗਏ ਉੱਧਰ ਰਹਿ ਗਏ ਅਤੇ ਕਈ ਇੱਧਰੋਂ ਉੱਧਰ ਜਾਣ ਵਾਲੇ ਸੀ ਉਹ ਇੱਧਰ ਰਹਿ ਗਏ ਅਤੇ ਕਈਆਂ ਨੇ ਆਪਣਿਆਂ ਨੂੰ ਛੱਡ ਦਿੱਤਾ ਵਿਛੜ ਗਏ ਕਈ ਤੁਸੀਂ ਤਾਂ ਬੇਟਾ ਤੁਹਾਡੀ ਉਮਰ ਤਾਂ ਬਹੁਤ ਘੱਟ ਹੈ ਤੁਸੀਂ 15 ਸਾਲ ਦੇ ਹੋ 16ਵੇਂ ਸਾਲ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਇਹ ਜਿਹੜੀ ਵੰਡ ਹੈ ਪੰਜਾਬ ਦੀ ਇਹਦੇ ਬਾਰੇ 'ਚ ਤੁਹਾਨੂੰ ਕਿੱਦਾਂ ਫੀਲ ਹੁੰਦਾ ਕਿ ਪੰਜਾਬ ਦਾ ਜਿਹੜਾ ਬਟਵਾਰਾ ਹੈ ਜਾਂ ਪੰਜਾਬ ਜਿਹੜਾ ਵੰਡਿਆ ਗਿਆ ਉਹਦੇ ਮੁਤਲਕ ਤੁਸੀਂ ਕਿੱਦਾਂ ਕਹਿੰਦੇ ਹੋ ਆਪਣੇ ਆਪ ਨੂੰ ਕਿ ਤੁਹਾਨੂੰ ਕਿਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਜੁੜੇ ਹੋਏ ਹੋ ਪੰਜਾਬ ਦੀ ਮੈਂ ਕਾਫੀ ਜ਼ਿਆਦਾ ਤਾਂ ਹਿਸਟਰੀ ਜਿਹੜੀ ਹੈ ਪੜ੍ਹੀ ਹੈ ਕਾਫੀ ਜ਼ਿਆਦਾ ਜਿਹੜੀ ਹੈ ਅਤੇ ਉਹ ਮੈਨੂੰ ਬਾਬਾ ਜੀ ਨੇ ਵੀ ਦੱਸੀ ਹੈ ਕਾਫੀ ਜ਼ਿਆਦਾ ਮੈਨੂੰ ਕਰਦੇ ਰਹਿੰਦੇ ਨੇ ਜੀ ਬਾਬਾ ਜੀ ਮੈਨੂੰ ਗਾਈਡ ਕਰਦੇ ਰਹਿੰਦੇ ਨੇ ਉਸ ਤੋਂ ਇਲਾਵਾ ਮੈਂ ਕਾਫੀ ਜ਼ਿਆਦਾ ਡਾਕੂਮੈਂਟਰੀਜ਼ ਵਗੈਰਾ ਵੀ ਵੇਖੀਆਂ ਨੇ ਨਾਲੇ ਸਟੱਡੀ ਕੀਤਾ ਅਤੇ ਮੈਨੂੰ ਕਾਫੀ ਜ਼ਿਆਦਾ ਨੌਲੇਜ ਹੈ ਲੇਕਿਨ ਤੁਸੀਂ ਅੱਜ ਦੀ ਪੀੜ੍ਹੀ ਤੁਸੀਂ ਕਿਉਂਕਿ ਅਸੀਂ ਤਾਂ ਐਕਸ ਜਨਰੇਸ਼ਨ ਹੋ ਗਏ ਤੁਸੀਂ ਮੌਜੂਦਾ ਪੀੜ੍ਹੀ ਹੋ ਤੁਸੀਂ ਆਉਣ ਵਾਲੇ ਵਕਤ ਦੇ ਵਿੱਚ ਇਹ ਸਾਰਾ ਕੋਈ ਪ੍ਰਮੋਟ ਕਰਨਾ ਤੁਸੀਂ ਕੀ ਕਹੋਗੇ ਕਿਆ ਇਹ ਜਿਹੜੀ ਵੰਡ ਹੈ ਇਹਦੇ ਤੋਂ ਬਾਅਦ ਪੰਜਾਬੀ ਜਦੋਂ ਤੋਂ ਇੱਕ ਦੂਜੇ ਨਾਲ ਦੂਰ ਹੋਏ ਨੇ ਆਪਾਂ ਕੀ ਖੋਇਆ ਅਤੇ ਕੀ ਪਾਇਆ ਆਪਾਂ ਪਾਇਆ ਬਹੁਤ ਘੱਟ ਹੈ ਲੇਕਿਨ ਜਿਹੜਾ ਅਸੀਂ ਖੋਇਆ ਬਹੁਤ ਜ਼ਿਆਦਾ ਲੇਕਿਨ ਫਿਰ ਵੀ ਸਾਡੇ ਜਿਹੜੇ ਦਿਲਾਂ ਵਿੱਚ ਇੱਕ ਦੂਜੇ ਵਾਸਤੇ ਬੜੀ ਜ਼ਿਆਦਾ ਮੁਹੱਬਤ ਹੈ ਅਤੇ ਹਲੇ ਵੀ ਅਸੀਂ ਇਕੱਠੇ ਰਹਿ ਸਕਦੇ ਅਤੇ ਰਹਿੰਦੇ ਵੀ ਪਏ ਹਾਂ ਅਸੀਂ ਸਾਰੇ ਬਸ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਜਿਹੜਾ ਕਲਚਰ ਹੈ ਉਹਨੂੰ ਪ੍ਰਿਜ਼ਰਵ ਕਰੋ ਨੇਚਰ ਦੀ ਤੁਸੀਂ ਕਰੋ ਕੇਅਰ ਅਤੇ ਆਪਣੇ ਪੰਜਾਬ ਦੀ ਵੀ ਕੇਅਰ ਥੈਂਕ ਯੂ ਬੇਟਾ ਬਹੁਤ ਸ਼ੁਕਰੀਆ ਇਹ ਮੀਆਂ ਮੁਹੰਮਦ ਅਹਿਮਦ ਵੈਰੀ ਯੰਗ ਮੇਰੇ ਸਨ ਜਿਹੜੇ ਨੇ ਇਸ ਫੀਲਡ ਦੇ ਵਿੱਚ ਥੋੜ੍ਹੇ ਥੋੜ੍ਹੇ ਇਨ ਹੋ ਰਹੇ ਨੇ ਇਹਨਾਂ ਦਾ ਸ਼ੌਕ ਹੈ ਇਹਨਾਂ ਦਾ ਪਰਸੋਂ ਹੀ ਇਗਜ਼ਾਮਸ ਖਤਮ ਹੋਏ ਨੇ ਔਰ ਇਹਨਾਂ ਨੂੰ ਮੈਂ ਨਾਲ ਲੈ ਕੇ ਨਿਕਲਿਆ ਸੀ ਔਰ ਮੈਂ ਵਿਚਾਰ ਚੜ੍ਹਨਾ ਚਾਹੁੰਦਾ ਸੀ ਇਹਨਾਂ ਨੂੰ ਮੈਂ ਕੋਈ ਗਾਈਡਲਾਈਨ ਨਹੀਂ ਦਿੱਤੀ ਇਹਨਾਂ ਕੋਲੋਂ ਮੈਂ ਪਹਿਲੇ ਕੋਈ ਚੀਜ਼ ਪੜ੍ਹਾਈ ਨਹੀਂ ਹੈ ਇਹਨਾਂ ਦੇ ਨਾਲੋਂ ਤੁਹਾਡੇ ਸਾਹਮਣੇ ਮੇਰੇ ਕੋਲ ਕੋਈ ਚਿੱਟ ਲਿਖੀ ਨਹੀਂ ਹੋਈ ਮੈਂ ਇਹਨਾਂ ਦੇ ਨਾਲ ਦੀ ਨਾਲ ਤੁਹਾਨੂੰ ਪਤਾ ਕੁਐਸਚਨ ਪੁੱਛਣਾ ਵਾ ਨਾਲ ਦੀ ਨਾਲ ਉਹ ਜਵਾਬ ਦੇ ਰਹੇ ਨੇ ਕਲਚਰ ਦੇ ਬਾਰੇ 'ਚ ਵੀ ਹੈਰੀਟੇਜ ਦੇ ਬਾਰੇ 'ਚ ਵੀ ਔਰ ਇੰਟਰਫੇਥ ਹਾਰਮਨੀ ਦੇ ਬਾਰੇ 'ਚ ਇਹੀ ਮੈਂ ਆਪਣੇ ਬੱਚਿਆਂ ਨੂੰ ਸਿਖਾਇਆ ਜੋ ਤੁਸੀਂ ਸੁਣਿਆ ਸੋ ਅਗਰ ਹਰ ਪੇਰੈਂਟ ਆਪਣੇ ਬੱਚਿਆਂ ਨੂੰ ਇੰਟਰਫੇਥ ਹਾਰਮਨੀ ਔਰ ਇਹਨਾਂ ਚੀਜ਼ਾਂ ਦੇ ਬਾਰੇ 'ਚ ਅਗਰ ਦੱਸੇ ਤਾਂ ਮੇਰਾ ਖਿਆਲ ਹੈ ਨਫ਼ਰਤਾਂ ਮਿਟ ਜਾਣਗੀਆਂ ਮੁਹੱਬਤ ਅਮਨ ਭਾਈਚਾਰਾ ਜਿਹੜਾ ਉਹ ਦੁਬਾਰਾ ਤੋਂ ਪੰਜਾਬ ਦੀ ਵਿਰਾਸਤ ਬਣੇਗਾ ਅਤੇ ਇਨਸ਼ਾਅੱਲਾ ਬਣੇਗਾ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ ਰਣਜੀਤ ਨਿਗਾਰਾ ਔਰ ਰਣਜੀਤ ਨਿਗਾਰਾ ਦੀ ਸਰਵਿਸਿਜ ਦੇ ਬਾਰੇ 'ਚ ਅਸੀਂ ਅੱਜ ਇੱਕ 15 ਸਾਲ ਦੇ ਬੱਚੇ ਕੋਲੋਂ ਜਾਣਿਆ ਕਿ ਉਹਨੇ ਇੱਥੇ ਆ ਕੇ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਰੀਸਟੋਰ ਹੋ ਰਹੀ ਹੈ ਉਹਨੂੰ ਵੇਖ ਕੇ ਕੀ ਪਾਇਆ ਕੀਪ ਇਨ ਟੱਚ ਐਂਡ ਕੀਪ ਸਟੇ ਟੂ ਟਿਊਨ ਰਣਜੀਤ ਨਿਗਾਰਾ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ